ਕਿ ਆਯੁਰਵੇਦ ਕੰਪਲੀਟ ਸਾਇੰਸ ਹੈ ਜੇ ਉਹਨਾਂ ਚੀਜ਼ਾਂ ਦਾ ਕਿਸੇ ਵੀ ਸਾਇੰਸ ਜਾਂ ਕਿਸੇ ਸ਼ਾਸਤਰਾਂ ਵਿੱਚ ਉਲੇਖ ਹੈ ਤਾਂ ਉਸ ਆਯੁਰਵੇਦ ਵਿੱਚ ਹੀ ਹੈ ਸੱਚਮੁੱਚ ਦਾ ਔਰ ਅਸਲ ਵੈਦ ਜਾਂ ਅਸਲ ਆਯੁਰਵੇਦਾ ਹੈ ਕੀ ਆਯੁਰਵੇਦ ਮੀਨ ਆਯੂ ਦਾ ਕੰਪਲੀਟ ਨੋਲਿਜ ਕੰਪਲੀਟ ਗਿਆਨ ਕਦੇ ਸਟੂਡੈਂਟ ਦਿੱਤੇ ਜਾ ਰਹੇ ਸੀ ਬੂਸਟਰ ਡੋਜ਼ ਦਿੱਤੀਆਂ ਜਾ ਰਹੀਆਂ ਸੀਗੀਆਂ ਉਸ ਵੇਲੇ ਅਯੁਰਵੇਦ ਹੀ ਲੋਕਾਂ ਦੇ ਕੰਮ ਆਇਆ ਲੇਕਿਨ ਇੱਕ ਸਮਾਂ ਆਇਆ ਕਿ ਇਹ ਚੀਜ਼ਾਂ ਅਲੋਪ ਹੋ ਗਿਆ ਅੱਜ ਉਹ ਮੁੜ ਤੋਂ ਸਾਹਮਣੇ ਆ ਰਹੀਆਂ ਅੰਗਰੇਜ਼ਾਂ ਨੇ ਤਾਂ ਕਿਹਾ ਵੀ ਜਿਹੜਾ ਇਹਨਾਂ ਦਾ ਲਿਟਰੇਚਰ ਹੈ ਖਾਸ ਕਰਕੇ ਪੰਜਾਬੀਆਂ ਦਾ ਇਹ ਲਿਟਰੇਚਰ ਖਤਮ ਕਰੋ ਕਿ ਕਿਹਾ ਜਾਂਦਾ ਇੱਕ ਲੰਮਾ ਪ੍ਰੋਸੈਸ ਹੁੰਦਾ ਹੈ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਕਿ ਜਿਹੜੇ ਬਾਕੀ ਪੈਥੀ ਦੇ ਵਿੱਚ ਰਿਜ਼ਲਟ ਬਹੁਤ ਜਲਦੀ ਮਿਲਦਾ ਉਹਦਾ ਉਹਨਾਂ ਨੂੰ ਨੁਕਸਾਨ ਵੀ ਹੁੰਦਾ ਇਸ ਬਿਮਾਰੀ ਦਾ ਇਸ ਐਪੀਡੈਮਿਕ ਦਾ ਉਲੇਖ ਹਜ਼ਾਰਾਂ ਸਾਲ ਪਹਿਲਾਂ ਹੈਗਾ ਅਸੀਂ ਆਪਣੀ ਕਿਸ ਤਰੀਕੇ ਦੇ ਨਾਲ ਬਿਮਾਰੀਆਂ ਤੋਂ ਨਜਾਤ ਪਾਉਣ ਦੇ ਲਈ ਕਦੋਂ ਅਸੀਂ ਆਯੁਰਵੇਦਾ ਕੋਲ ਪਹੁੰਚ ਗਏ ਸਿੰਪਲ ਕਾੜਾ ਆ ਜਾ ਸਿੰਪਲ ਚੂਰਨ ਜਾਂ ਸਿੰਪਲ ਟੈਬਲਟਸ ਨਾਲ ਅਸੀਂ ਠੀਕ ਕਰ ਸਕਦੇ ਹਾਂਗੇ ਤਾਂ ਤੁਸੀਂ ਜਿਹੜਾ ਉਹ ਕਿਸੇ ਹੋਰ ਦਵਾਈਆਂ ਦੇ ਉੱਪਰ ਜਦੋਂ ਡਿਪੈਂਡ ਕਰਨ ਲੱਗ ਜਦੋਂਗੇ ਫਿਰ ਤੁਹਾਨੂੰ ਟਾਈਮ ਲੱਗਦਾ ਹੈਗਾ ਇਹ ਜੂੜ ਸਾਨੂੰ ਦੇਖਣਾ ਚਾਹੀਦਾ ਹੈਗਾ ਵੀ ਕਿਹੜੀ ਪੈਥੀ ਜਾਂ ਕਿਹੜੀ ਸਾਇੰਸ ਕੰਪਲੀਟ ਹੈ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਸਾਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਪ੍ਰਭਾਣੀ ਅਨੇਜਾ ਤੇ ਅੱਜ ਇੱਕ ਖਾਸ ਮੁਲਾਕਾਤ ਤੁਹਾਡੀ ਇੱਕ ਖਾਸ ਜੇ ਇਨਸਾਨ ਦੇ ਨਾਲ ਕਰਾਉਣ ਜਾ ਰਿਹਾ ਆ ਆਰਵੇਦਾ ਜੇਕਰ ਇਸ ਦਾ ਜ਼ਿਕਰ ਹੁੰਦਾ ਤਾਂ ਕਈ ਪੀੜੀਆਂ ਤੋਂ ਕਈ ਸਦੀਆਂ ਤੋਂ ਅਸੀਂ ਇਸ ਦਾ ਜ਼ਿਕਰ ਸੁਣਦੇ ਆਉਂਦੇ ਆ ਆਪਣੇ ਬਚਪਨ 'ਚ ਆਪਣੀ ਦਾਦੀ ਨਾਨੀ ਤੋਂ ਵੀ ਅਸੀਂ ਅਜੀਹਾਂ ਚੀਜ਼ਾਂ ਸੁਣੀਆਂ ਆਪਣੀਆਂ ਮਾਵਾਂ ਨੂੰ ਵੀ ਅਸੀਂ ਰਸੋਈ ਦੇ ਵਿੱਚ ਹੀ ਘਰਾਂ ਦੇ ਵਿੱਚ ਮਿਰਚ ਮਸਾਲਿਆਂ ਦੇ ਨਾਲ ਘਰ ਦੇ ਸਮਾਨ ਦੇ ਨਾਲ ਆਪਣੀ ਸਿਹਤ ਸੁਧਾਰਾਂ ਦੇ ਵਿੱਚ ਬਦਲਾ ਲਿਆਉਂਦੇ ਹੋਏ ਵੇਖਿਆ ਖਾਸ ਕਰਕੇ ਜੇਕਰ ਜ਼ਿਕਰ ਕੀਤਾ ਜਾਵੇ 2020 ਵਾਲਾ ਸਮਾਂ ਜਿਸ ਟਾਈਮ ਕੋਵਿਡ ਦੀ ਸ਼ੁਰੂਆਤ ਹੁੰਦੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਲਾਕਡਾਊਨ ਲੱਗਦੇ ਨੇ ਖਾਸ ਕਰਕੇ ਭਾਰਤ ਇੱਕ ਅਜੇਹਾ ਮੁਲਕ ਜਿੱਥੇ आयुर्वेदा ਦਾ ਖਾਸ ਮਹੱਤਵ ਹੈ ਮਹੱਤਵ ਹੈ ਘਰ ਦੇ ਵਿੱਚ ਪਏ ਮਸਾਲਿਆਂ ਦਾ ਖਾਸ ਮਹੱਤਵ ਹੈ ਫਿਰ ਭਾਵੇਂ ਉਹ ਹਲਦੀ ਹੋਵੇ ਫਿਰ ਭਾਵੇਂ ਉਹ ਨੂਨ ਹੋਵੇ ਜਾਂ ਫਿਰ ਭਾਵੇਂ ਰਸੋਈ ਦੇ ਬਾਹਰ ਗਮਲੇ ਦੇ ਵਿੱਚ ਜਾਂ ਘਰ ਦੇ ਗ੍ਰਹਿ ਪ੍ਰਵੇਸ਼ ਤੇ ਬਾਹਰ ਗਮਲੇ ਦੇ ਵਿੱਚ ਲੱਗੀ ਤુલਸੀ ਹੀ ਕਿਉਂ ਨਾ ਹੋਵੇ ਹਰ ਚੀਜ਼ ਵੱਖ-ਵੱਖ ਤਰੀਕੇ ਦੇ ਨਾਲ ਸਰੀਰ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਜੇਕਰ ਖਾਸ ਕਰਕੇ ਭਾਰਤ ਦਾ ਸੱਕ ਕੇਤਾ ਜਾਵੇ ਆਯੁਰਵੇਦਾ ਕੋਈ ਨਵੀਂ ਟਰਮ ਨਹੀਂ ਆ ਅਰਵੈਦਾ ਇੱਕ ਅਜੀਹਾ ਜੋ ਯੁਗਾਂ ਤੋਂ ਚਲਦਾ ਆ ਰਿਹਾ ਹੈ ॠषि मुਨੀਆਂ ਦੇ ਸਮੇਂ ਦਾ ਜ਼ਿਕਰ ਕਰੀਏ ਉਸ ਸਮੇਂ ਤੋਂ ਚਲਦਾ ਆ ਰਿਹਾ ਹੈ ਲੇਕਿਨ ਅੱਜ ਅੱਜ ਦੇ ਸਮੇਂ ਦੀ ਜੇਕਰ ਜ਼ਰੂਰਤ ਨੂੰ ਸਮਝੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਆਯੁਰਵੇਦਾ ਦਾ ਸਿਗਨੀਫਿਕੈਂਸ ਕੀ ਹੈ ਉਸ ਦੀ ਮਹੱਤਤਾ ਕੀ ਹੈ ਉਸ ਦੀ ਇੰਪੋਰਟੈਂਸ ਕੀ ਹੈ ਅੱਜ ਇਸ ਬਾਬਤ ਇਸ ਪ੍ਰੋਗਰਾਮ ਦੇ ਨਾਲ ਅਸੀਂ ਜਾਣੂ ਹੋਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਅੱਜ ਜੁੜੇ ਹੋਏ ਨੇ ਡਾਕਟਰ ਵੈਦਯ ਜਗਜੀਤ ਸਿੰਘ ਜੀ ਜੋ ਚੰਡੀਗੜ੍ਹ ਆਯੁਰਵੇਦਾ ਸੈਂਟਰ ਦੇ ਚੀਫ ਆਯੁਰਵੇਦਾ ਨੇ ਤੇ ਨਾਲ ਦੇ ਨਾਲ ਉਥੇ ਦੇ ਮੈਨੇਜਿੰਗ ਡਾਇਰੈਕਟਰ ਵੀ ਨੇ ਸਟੇਟ ਅਵਾਰਡੀ ਡਾਕਟਰ ਵੈਦਯਾ ਜਗਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਅਸ ਇਸ ਪ੍ਰੋਗਰਾਮ ਸੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਔਰ ਤੁਹਾਡੇ ਪੂਰੀ ਟੀਮ ਦਾ ਬਹੁਤ ਬਹੁਤ ਜਿੰਨ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਆ ਡਾਕਟਰ ਸਾਹਿਬ ਜੇਕਰ ਅਸੀਂ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਆਯੁਰਵੇਦਾ ਅਸੀਂ ਸੁਣਦੇ ਹਾਂ ਏ ਟਰਮ ਮੋਸਟਲੀ ਕਾਮਨਲੀ ਅੱਜਕੱਲ ਯੂਜ਼ ਵੀ ਕੀਤੀ ਜਾਂਦੀ ਹੈ ਆਯੁਰਵੇਦਾ ਦਾ ਜ਼ਿਕਰ ਆਉਂਦਾ ਸਾਨੂੰ ਲੱਗਦਾ ਹੈ ਕਿ ਹਲਦੀ ਸਿਨਮਨ ਲੌਂਗ ਤુલਸੀ ਅਸੀਂ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ ਜੇਕਰ ਅਸਲ ਟਰਮ ਅਸਲ ਡੈਫੀਨੇਸ਼ਨ ਆਯੁਰਵੇਦਾ ਦੀ ਹੈ ਕਿ ਦੇਖੋ ਆਯੁਰਵੇਦ ਮੀਨ ਆਯੂ ਦਾ ਕੰਪਲੀਟ ਨੋਲਜ ਕੰਪਲੀਟ ਗਿਆਨ ਜੀ ਜਿਸ ਸ਼ਾਸਤਰ ਵਿੱਚ ਜਿਸ ਗ੍ਰੰਥ ਵਿੱਚ ਜਿਸ ਸਾਇੰਸ ਦੇ ਵਿੱਚ ਇਹਦਾ ਕੰਪਲੀਟ ਨੋਲਜ ਹੈਗੀ ਉਹਨੂੰ ਅਸੀਂ ਆਯੁਰਵੇਦ ਕਹਿੰਦੇ ਆ ਜੀ ਮਤਲਬ ਕਿ ਆਯੂ ਦਾ ਕੰਪਲੀਟ ਔਰ ਮੈਂ ਇਹ ਕਹਿ ਸਕਦਾ ਕਿ ਆਯੁਰਵੇਦ ਕੰਪਲੀਟ ਸਾਇੰਸ ਹੈ ਅਦਰ ਜਿੰਨੀਆਂ ਵੀ ਪੈਥੀਜ ਆ ਜਿੰਨੀਆਂ ਵੀ ਸਾਇੰਸ ਸਾਡੀ ਕਾਇਆ ਨੂੰ ਸਵਸਥ ਤੰਦਰੁਸਤ ਰੱਖਣ ਵਾਸਤੇ ਬਣੀਆਂ ਨੇਗੀਆਂ ਉਹ ਇਨਕੰਪਲੀਟ ਨੇ ਬਿਦਾਊਟ ਆਯੁਰਵੇਦਾ ਆਯੁਰਵੇਦ ਦਾ ਇੰਪੋਰਟੈਂਸ ਅਜ ਤੋਂ ਨਹੀਂ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਤਾਂ ਇਸ ਕਾਇਆ ਨੂੰ ਇਸ ਸਰੀਰ ਨੂੰ ਸਿਹਤਯਾਬ ਰੱਖਣ ਵਾਸਤੇ ਪਲੱਸ ਉਹ ਬਿਮਾਰ ਹੋ ਵੀ ਨਾ ਜੇ ਉਹਨਾਂ ਚੀਜ਼ਾਂ ਦਾ ਕਿਸੇ ਵੀ ਸਾਇੰਸ ਜਾਂ ਕਿਸੇ ਸ਼ਾਸਤਰਾਂ ਵਿੱਚ ਉਲੇਖ ਹੈ ਤਾਂ ਉਹ ਸਿਰਫ ਆਯੁਰਵੇਦ ਵਿੱਚ ਹੀ ਹੈ ਹੂੰ ਤੁਸੀਂ ਦੇਖੋ ਵੀ ਅੱਜ ਤੁਸੀਂ ਥੋੜੇ ਦਿਨ ਪਹਿਲਾਂ ਹੀ ਪੇਪਰਸ ਵਿੱਚ ਵੀ ਜਾਂ ਇਹਨਾਂ ਦੀਆਂ ਸਰਕਾਰ ਦੀਆਂ ਸਟੇਟਮੈਂਟ ਦੇਖੀਆਂ ਹੋਣਗੀਆਂ ਜੀ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਹਰਿਆਣਾ ਇਹ ਕਹਿ ਰਹੀ ਹੈ ਵੀ ਸਾਨੂੰ ਜਿਹੜੀਆਂ ਬਾਕੀ ਕੋਰਸਸ ਨੇ ਚਾਹੇ ਉਹ ਐਮਬੀਬੀਐਸ ਦਾ ਕੋਰਸ ਹੈ ਉਹਦੇ ਵਿੱਚ ਅਸੀਂ ਇੱਕ ਸਾਲ ਉਹਨਾਂ ਨੂੰ ਆਯੁਰਵੇਦ ਜ਼ਰੂਰ ਪੜਾਇਆ ਕਰਾਂਗੇ ਜਾਂ ਜਿਹੜਾ ਆਯੁਰਵੇਦ ਦਾ ਬੇਸਿਕ ਫੰਡਾਮੈਂਟਸ ਨੇ ਬੇਸਿਕ ਪ੍ਰਿੰਸੀਪਲਸ ਨੇਗੇ ਉਹ ਇਹਨਾਂ ਸਿਲੇਬਸ ਵਿੱਚ ਇਨਕਲੂਡ ਕਰਾਵਾਂਗੇ ਅੱਜ ਕਿਉਂ ਲੋੜ ਪੈ ਗਈ ਹੈ ਅੱਜ ਕਿਉਂ ਜ਼ਰੂਰਤ ਮਹਿਸੂਸ ਹੋ ਰਹੀ ਹੈ ਹਾਂ ਕਿਉਂਕਿ ਜੋ ਸਾਡੀ ਸਰੀਰ ਨੂੰ ਸਿਹਤਯਾਬ ਔਰ ਉਹਨੂੰ ਕੋਈ ਬਿਮਾਰੀ ਜਾਂ ਡਿਜ਼ੀਜ਼ ਨਾ ਹੋਵੇ ਉਹਦੇ ਵਾਸਤੇ ਜੋ ਆਯੁਰਵੇਦ ਦੇ ਵਿੱਚ ਉਲੇਖ ਹੈ ਉਹ ਵੀ ਹਜ਼ਾਰਾਂ ਸਾਲ ਪਹਿਲਾਂ ਜੋ ਸ਼ਾਸਤਰੀਆਂ ਨੇ ਸਾਡੇ ਜਿੰਨੇ ਵੀ ਵਿਦਵਾਨ ਹੋਏ ਨੇਗੇ ਉਹਨਾਂ ਨੇ ਆਪਣੀ ਦਿਬਿਆ ਦ੍ਰਿਸ਼ਟੀ ਨਾਲ ਦੇਖੋ ਉਹ ਇੰਨੀ ਸੁਭਧਾ ਨਹੀਂ ਸੀ ਹੁੰਦੀ ਜਿੰਨੀ ਅੱਜ ਸੁਭਧ ਹੈਗੀ ਹੋ ਸਕਦਾ ਹੈ ਇਸ ਤੋਂ ਬਾਅਦ 10-20 ਸਾਲ ਨੂੰ ਹੋਰ ਜ਼ਿਆਦਾ ਸੁਵਿਧਾ ਹੋ ਜਵੇ ਉਹਦੇ ਮੁਤਾਬਕ ਜੋ ਉਲੇਖ ਏਨੇ ਸਾਲ ਪਹਿਲਾਂ ਕਰਿਆਗਾ ਉਸ ਆਯੁਰਵੇਦ ਦੇ ਵਿੱਚ ਹੈਗਾ ਤੁਸੀਂ ਜਿਹੜੀ ਗੱਲ ਜ਼ਿਕਰ ਕਰਿਆ ਹੈ ਬਿਲਕੁਲ درست ਹੈ ਹੋ ਲੋਕਾਂ ਨੂੰ ਜ਼ਿਆਦਾ ਪਹਿਚਾਣ ਕੋਵਿਡ ਦੇ ਵਿੱਚ ਹੋਈ ਹੈ ਜੀ ਕੋਵਿਡ ਦੇ ਵਿੱਚ ਜਦੋਂ ਕਿ ਸਾਡੀ ਸਰਕਾਰ ਨੂੰ ਇਹ ਹੀ ਸਮਝ ਨਹੀਂ ਸੀ ਆ ਰਿਹਾ ਵੀ ਇਹਦਾ ਪ੍ਰੋਟੋਕੋਲ ਕੀ ਹੈ ਇਹ ਵਾਇਰਸ ਹੈ ਇਨਫੈਕਸ਼ਨ ਹੈ ਕਦੋਂ ਕੀ ਜਿਹੜਾ ਹੈ ਸੀਨੇ ਇਹਨੂੰ ਕਿਵੇਂ ਕਵਰ ਕਰਨਾ ਹੈ ਕਿਵੇਂ ਲੋਕਾਂ ਨੂੰ ਕਵੈਕਸਟੀਟੂਟ ਦਿੱਤੇ ਜਾ ਰਹੇ ਸੀ ਬੂਸਟਰ ਡੋਜ਼ ਦਿੱਤੀਆਂ ਜਾ ਰਹੀਆਂ ਸੀਗੀਆਂ ਉਸ ਵੇਲੇ ਆਯੁਰਵੇਦ ਹੀ ਲੋਕਾਂ ਦੇ ਕੰਮ ਆਇਆ ਜਿਨ੍ਹਾਂ ਨੇ ਮਲਠੀ ਕਾਲੀ ਮਿਰਚ ਤુલਸੀ ਦਾਲ ਚੀਨੀ ਦੇ ਕਾੜੇ ਬਣਾ ਕੇ ਘਰੇ ਜਿਹੜੇ ਕਿ ਆਪਣੇ ਕਿਚਨ ਵਿੱਚ ਅਵੇਲੇਬਲ ਹੁੰਦੇ ਨੇਗੇ ਉਹ ਜਲਦੀ ਸਿਹਤਯਾਬ ਹੋ ਗਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹਾਈ ਡੋਜ਼ ਦੇ ਕੇ ਡਾਕਟਰ ਨੇ ਬਚਾ ਤਾਂ ਲਿਆ ਲੇਕਿਨ ਉਹਨਾਂ ਦੀ ਉਹ ਹਾਈ ਡੋਜ਼ ਦੇ ਸਾਈਡ ਇਫੈਕਟ ਨੂੰ ਰੋਕਣ ਵਾਸਤੇ ਵੀ ਆਰ ਵਿਰਹੀ ਘਮ ਆਇਆ ਸੋ ਇਹ ਟਾਈਮ ਟੂ ਟਾਈਮ ਕੀ ਹੋਇਆ ਦੇਖੋ ਜਿਵੇਂ ਸਾਡਾ ਮੁਲਕ ਆਜ਼ਾਦ ਹੋਇਆ ਨਾ ਸਾਡੇ ਤੇ ਕੱਲੇ ਅੰਗਰੇਜ਼ਾਂ ਨੇ ਨਹੀਂ ਉਦੋਂ ਪਹਿਲਾਂ ਆਪਾਂ ਦੇ ਕਿੰਨੇ ਨੇ ਸਾਨੂੰ ਦੇਸ਼ ਨੂੰ ਲੁੱਟ ਕੇ ਖਾਇਆ ਜੀ ਔਰ ਸਾਡਾ ਜਿਹੜਾ ਲਿਟਰੇਚਰ ਹੈ ਨਾ ਅੰਗਰੇਜ਼ਾਂ ਨੇ ਤਾਂ ਕਿਹਾ ਵੀ ਜਿਹੜਾ ਇਹਨਾਂ ਦਾ ਲਿਟਰੇਚਰ ਹੈ ਖਾਸ ਤੌਰ ਤੇ ਪੰਜਾਬੀਆਂ ਦਾ ਇਹ ਲਿਟਰੇਚਰ ਖਤਮ ਕਰੋ ਜੀ ਆਪਣੇ ਵੱਡੇ ਵੱਡੇ ਧਾਰਮਿਕ ਸਥਾਨਾਂ ਨੂੰ ਲੁੱਟ ਕੇ ਲੈ ਗਏ ਜੋ ਕੋਈ ਕੋਈ ਗੱਜਲ ਵੀ ਆਇਆ ਕੋਈ ਆਇਆ ਲੇਕਿਨ ਦੇਖੋ ਇਸੇ ਤਰ੍ਹਾਂ ਜਿੰਨੀਆਂ ਅਦਰ ਪੈਥੀ ਜਨੀਆਂ ਜਿਹੜੀਆਂ 100 ਸਾਲ 200 ਸਾਲ ਪੁਰਾਣੀਆਂ ਨੇ ਉਹਨਾਂ ਨੇ ਆਯੁਰਵੇਦ ਦੇ ਲਿਟਰੇਚਰ ਨੂੰ ਖਤਮ ਕਰਨਾ ਚਾਹਿਆ ਕਿਉਂਕਿ ਇਹਨਾਂ ਦੀ ਕਹਿੰਦੇ ਬੈਕਬੋਨ ਇਹ ਹੈ ਇਹ ਇਹਨੇ ਮਾਰਸ਼ਲ ਇਹਨੇ ਬਹਾਦਰ ਇਹਨੇ ਤੰਦਰੁਸਤ ਰਹਿੰਦੇ ਨੇਗੇ ਇਨੀ ਮਿਹਨਤ ਵੀ ਕਰਦੇ ਨੇਗੇ ਉਹ ਇਹਨਾਂ ਦਾ ਇਹ ਸਾਇੰਸ ਹੈ ਜਿਹੜੀ ਕਿ ਇਹਨਾਂ ਨੂੰ ਡਾਇਰੈਕਸ਼ਨ ਦਿੰਦੀ ਹੈ ਵੀ ਤੁਸੀਂ ਕਿਵੇਂ ਠੀਕ ਰਹਿਣਾ ਹੈਗਾ ਕਿਵੇਂ ਤੁਸੀਂ ਉਹਦੇ ਲਾਈਫ ਸਟਾਈਲ ਨੂੰ ਥੋੜਾ ਬੈਲੈਂਸ ਰੱਖ ਕੇ ਕਿਵੇਂ ਠੀਕ ਰੱਖਣਾ ਹੈਗਾ ਇਸ ਕਰਕੇ ਇਹਦਾ ਲੇਕਿਨ ਅੱਜ ਜਿਹੜਾ ਟਾਈਮ ਹੈ ਉਹ ਬੜਾ ਚੇਂਜ ਹੋ ਚੁੱਕਿਆ ਹੈਗਾ ਅੱਜ ਜਿਹੜਾ ਇੱਕ ਬੱਚਾ 10+2 ਸਾਇੰਸ ਨਾਲ ਕਰਦਾ ਹੈ ਨਾ ਉਹਨੇ ਕਿਉਰਿਓਸਿਟੀ ਹੈ ਜਾਂ ਜਿਹੜੇ ਪ੍ਰਾਣ ਵੀ ਆ ਰਹੇ ਨੇ ਉਹਨਾਂ ਨੂੰ ਕਿਉਰਿਓਸਿਟੀ ਹੈ ਵੀ ਅਸੀਂ ਆਯੁਰਵੇਦ ਨੂੰ ਹੋ ਸਟਡੀ ਕਰੀਏ ਔਰ ਜੋ ਉਹਦੇ ਚ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੇ ਉਹ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰੀਏ ਤੁਸੀਂ ਬਿਲਕੁਲ ਇੱਕ ਬਹੁਤ درست ਗੱਲ ਕਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਆਯੁਰਵੇਦਾ ਦਾ ਰੁਝਾਨ ਵਧਿਆ ਹੈ ਲੋਕ ਪੜਨਾ ਚਾਹੁੰਦੇ ਨੇ ਸਿਲੇਬਸ ਦੇ ਵਿੱਚ ਅ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਜ਼ਿਕਰ ਕੀਤਾ ਜਾਵੇ ਸਿਰ ਭਾਰਤ ਦਾ ਹੀ ਜੇਕਰ ਅਸੀਂ ਜ਼ਿਕਰ ਨਾ ਕਰੀਏ ਦੂਜੇ ਹੋਰ ਮੁਲਕਾਂ ਦਾ ਵੀ ਜ਼ਿਕਰ ਕਰੀਏ ਭਾਵੇਂ ਭਾਰਤ ਦੇ ਵਸਨੀਕੀ ਕਿਉਂ ਦੂਰ ਦਰਾਡੇ ਹੋਰ ਦੇਸ਼ਾਂ ਦੇ ਵਿੱਚ ਕਿਉਂ ਨਹੀਂ ਵਸਦੇ ਹੋਏ ਕਿਤੇ ਨਾ ਕਿਤੇ ਇਸ ਕੋਵਿਡ ਦੀ ਮਹਾਮਾਰੀ ਨੇ ਭਾਰਤ ਦੇ ਇਹ ਮਸਾਲੇ ਭਾਰਤ ਦੇ ਹੀ ਮਸਾਲੇ ਜਿਹੜੇ ਉਪਜ ਨੇ ਭਾਵੇਂ ਹਲਦੀ ਹੋ ਗਿਆ ਲੌਂਗ ਹੋ ਗਿਆ ਦਾਲਚੀਨੀ ਹੋ ਗਿਆ ਮੁਲਟ ਠੀਕ ਹੋ ਗਿਆ ਇਹਨਾਂ ਚੀਜ਼ਾਂ ਦਾ ਜ਼ਿਕਰ ਹੋਰ ਦੁਨੀਆ ਦੇ ਬਾਕੀ ਮੁਲਕਾਂ ਤੱਕ ਵੀ ਪਹੁੰਚ ਆਇਆ ਸੋ ਅੱਜ ਆਯੁਰਵੇਦਾ ਦਾ ਸਿਗਨੀਫਿਕੈਂਸ ਜੇਕਰ ਵੇਖਿਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਪਿਛਲੇ ਸਮੇਂ ਦੇ ਵਿੱਚ ਅਲੋਪ ਹੋਇਆ ਕਿਤੇ ਨਾ ਕਿਤੇ ਸਾਨੂੰ ਪਤਾ ਸੀ ਸਾਡੀਆਂ ਦਾਦੀਆਂ ਨਾਨੀਆਂ ਯੂਜ਼ ਕਰਦੀਆਂ ਹੁੰਦੀਆਂ ਸੀ ਉਸ ਟਾਈਮ ਅੰਗਰੇਜ਼ੀ ਦਵਾਈਆਂ ਦਾ ਵੀ ਐਡਾ ਰੁਝਾਨ ਨਹੀਂ ਹੁੰਦਾ ਸੀ ਲੇਕਿਨ ਇੱਕ ਸਮਾਂ ਆਇਆ ਕਿ ਇਹ ਚੀਜ਼ਾਂ ਅਲੋਪ ਹੋ ਗਈਆਂ ਅੱਜ ਉਹ ਮੁੜ ਤੋਂ ਸਾਹਮਣੇ ਆ ਰਹੀਆਂ ਨੇ ਦੇਖੋ ਇਹ ਵੀ ਇੱਕ ਜਿਹੜਾ ਪ੍ਰਮਾਤਮਾ ਉਹਦੇ ਬਿਨਾਂ ਕੋਈ ਪੱਤਾ ਨਹੀਂ ਹਲਦਾ ਇਹ ਇੱਕ ਨੇਚਰ ਦਾ ਹੀ ਹੋਵੇਗਾ ਕਮਾਲ ਹੈਗਾ ਕੋਵਿਡ ਆਇਆ ਨੇਚਰ ਦੀ ਕਰੋਪੀ ਕਿਹਾ ਕਦੇ ਕੁਝ ਕਿਹਾ ਲੇਕਿਨ ਅਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਨਫੈਕਸ਼ਨ ਸੀ ਜਾਂ ਵਾਇਰਸ ਹੀ ਲੇਕਿਨ ਮੈਂ ਤੁਹਾਨੂੰ ਬੜੇ ਕੰਫੀਡੈਂਸ ਨਾਲ ਦੱਸਣਾ ਚਾਹੁੰਦਾ ਹਮ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਇਹ ਠੀਕ ਹੈ ਕਿ ਅੱਜ ਜਿਹਦਾ ਨਾਮ ਕੋਵਿਡ ਰਖਤਾ ਜੀ ਇਸ ਬਿਮਾਰੀ ਦਾ ਇਸ ਐਪੀਡੈਮਿਕ ਦਾ ਉਲੇਖ ਹਜ਼ਾਰਾਂ ਸਾਲ ਪਹਿਲਾਂ ਹੈਗਾ ਜੀ ਔਰ ਉਹਦਾ ਉਪਚਾਰ ਉਹਦਾ ਟ੍ਰੀਟਮੈਂਟ ਵੀ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਜੀ ਗੱਲ ਪਹਿਚਾਨਣ ਦੀ ਹੈ ਹਮ ਅੱਜ ਸਾਡੇ ਲੋਕਾਂ ਨੂੰ ਜਾਂ ਸਾਡੇ ਆਯੁਰਵੈਦਿਸਟਾਂ ਨੂੰ ਜਾਂ ਅੱਜ ਸਰਕਾਰਾਂ ਨੂੰ ਜੇ ਲੋਡ ਮਹਿਸੂਸ ਹੋ ਰਹੀ ਹੈ ਤਾਂ ਹੀ ਉਹ ਪਹਿਚਾਨ ਰਹੇ ਨੇ ਤਾਂ ਹੀ ਉਹ ਦੇਖ ਰਹੇ ਨੇ ਵੀ ਸਾਡੀ ਜਿਹੜੀ ਨੈਚੁਰਲ ਇਮਿਊਨਿਟੀ ਹੈ ਦੇਖੋ ਮੈਨੂੰ ਤੁਸੀਂ ਕੋਈ ਵੀ ਐਸੀ ਚੀਜ਼ ਹਾਂ ਇਹ ਦਿਖਾ ਦਿਓ ਵੀ ਜਿਹੜੀ ਕਿ ਸਾਡੀ ਇਮਿਊਨਿਟੀ ਨੂੰ ਇਨਹਾਂਸ ਕਰਦੀ ਹੋਵੇ بجائے ਕਿ ਅਸਮਾਇ ਆਯੁਰਵੇਦ ਹਾਂ ਇੱਕ ਆਯੁਰਵੈਦਿਕ ਸਪਲੀਮੈਂਟਸ ਨੇ ਉਹ ਚਾਹੇ ਮਿਨਰਲਸ ਨੇ ਹਰਬਸ ਨੇ ਚਾਹੇ ਉਹ ਸਾਡੀ ਡਾਈਟ ਚਾਰਟ ਹੈ ਹਾਂ ਗ੍ਰੰਥਾਂ ਵਿੱਚ ਜਿਹਦਾ ਉਲੇਖ ਹੈ ਬੀ ਵਿਅਕਤੀ ਨੂੰ ਆਪਣੇ ਲਾਈਫਸਪੈਨ ਚਾਹੇ ਉਹ 10 ਸਾਲ ਦਾ ਚਾਹੇ ਉਹ 25 ਸਾਲ ਦਾ 50 ਸਾਲ ਦਾ ਰਸਾਇਣੋਸ਼ਧੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਰਸਾਇਣੋਸ਼ਧੀਆਂ ਕੀ ਨੇ ਉਹ ਦੇਸੀ ਕੀ ਦੁੱਧ ਜੋ ਨੇਚਰਲ ਅਸੀ ਚੀਜ਼ਾਂ ਘਰੇ ਬਣਾ ਕੇ ਖਾ ਸਕਦੇ ਆਂਗੇ ਜੇ ਪਹਿਲਾਂ ਦਲਵੀ ਤੋਂ ਬਾਅਦ ਪੰਜੀਰੀ ਖਵਾਈ ਜਾਂਦੀ ਸੀ ਨਾ ਉਹ ਵੀ ਇੱਕ ਰਸਾਇਣੋਸ਼ਧੀ ਸੀ ਜੀ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਨੇੜੇ ਰਹਨੇ ਆਂ ਨੇਚਰ ਦੇ ਨੇੜੇ ਰਹਨੇ ਆਂ ਅਸੀਂ ਉਨੇ ਸਿਹਤਯਾਬ ਰਹਨੇ ਆ ਜਦੋਂ ਅਸੀਂ ਆਰਟੀਫੀਸ਼ੀਅਲ ਚੀਜ਼ਾਂ ਤੇ ਪੈ ਜੰਨੇ ਆ ਆਰਟੀਫੀਸ਼ੀਅਲ ਦਵਾਈਆਂ ਤੇ ਪੈ ਜੰਨੇ ਆ ਉਨੇ ਹੀ ਅਸੀਂ ਬਿਮਾਰ ਰਹਿਣ ਲੱਗ ਜੰਨੇ ਆ ਇਸ ਸਟ੍ਰੈਟਲੀ ਸਾਨੂੰ ਜਰੂਰ ਲੱਗਦਾ ਹੈਗਾ ਵੀ ਅਸੀਂ ਜਿਹੜਾ ਉਹ ਠੀਕ ਹੋ ਗਿਆਂਗੇ ਜਾਂ ਠੀਕ ਹੋ ਰਿਆਂਗੇ ਲੇਕਿਨ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸੀਗਾ ਮੈਨੂੰ ਦੇਖੋ ਇੰਨੇ ਸਾਲ ਹੋ ਗਏ ਪ੍ਰੈਕਟਿਸ ਕਰਦਿਆਂ ਜੀ ਮੇਰੀ ਫੋਰਥ ਜੇਨਰੇਸ਼ਨ ਆਯੁਰਵੇਦ ਵਿੱਚ ਆ ਗਈ ਹੈ ਅਸੀਂ 131 ਸਾਲ ਪੁਰਾਣਾ દવાਖਾਨਾ ਆਪਣੀ ਜਾਂ ਪ੍ਰੈਕਟਿਸ ਕਰ ਰਹਿਆਂਗੇ ਆਯੁਰਵੇਦ ਦੀ ਪ੍ਰੈਕਟਿਸ ਕਰ ਰਹਿਆਂਗੇ ਹਮ ਮੈਂ ਹੱਦ ਤੱਕ ਕੋਈ ਕ੍ਰੋਨਿਕ ਇਲਮੈਂਟ ਜਿਹਦੇ ਵਿੱਚ ਰੂਮਟਲ ਆਰਥਰਾਈਟਸ ਸੋਰਾਈਸਿਸ ਤੁਹਾਡਾ 슈ਗਰ ਹਾਈ ਬਲੱਡ ਪ੍ਰੈਸ਼ਰ ਜੋੜਾਂ ਦਾ ਦਰਦ ਮੈਂ ਹੱਦ ਤੱਕ ਕੋਈ ਪੇਸ਼ੈਂਟ ਜਿਹੜਾ ਹੈ ਉਹ ਆਯੁਰਵੇਦ ਤੋਂ ਬਿਨਾ ਠੀਕ ਹੋਣੀ ਹੁੰਦਾ ਦੇਖਿਆ ਹਾਂ ਟੈਂਪਰੇਰੀ ਮੈਨੇਜਮੈਂਟ ਜਰੂਰ ਕਰ ਲੋਗੇ ਹਾਂ ਲੇਕਿਨ ਕਿਉਰ ਕਿਉਂ ਕਿਉਂਕਿ ਆਯੁਰਵੇਦ ਵਿੱਚ ਹੀ ਵਿਧਾਨ ਹੈ ਕਿ ਵਿਅਕਤੀ ਦੀ ਪ੍ਰਕਿਰਤੀ ਦੇਖ ਕੇ ਹੀ ਬਿਕ੍ਰਤੀ ਨੂੰ ਪਹਿਚਾਣੋ ਹਾਂ ਜਦ ਤੱਕ ਤੁਸੀਂ ਉਹਦਾ ਡੀਐਨਏ ਪ੍ਰਕਿਰਤੀ ਨੂੰ ਨਹੀਂ ਪਹਿਚਾਣੋਗੇ ਹਮ ਬੇਬਲੈਂਥ ਠੀਕ ਨਹੀਂ ਮਿਲਣਗੀਆਂ ਤੁਹਾਡੇ ਡਾਇਗਨੋਸਿਸ ਔਰ ਟ੍ਰੀਟਮੈਂਟ ਦੀਆਂ ਉਨੀ ਦੇ ਤੁਸੀਂ ਵਿਅਕਤੀ ਨੂੰ ਸਵਸਥ ਨਹੀਂ ਕਰ ਸਕਦੇ ਥੋੜੇ ਟਾਈਮਲੀ ਮੈਨੇਜ ਕਰ ਸਕਦੇ ਹੋ ਮੈਨੇਜ ਵੀ ਤੁਸੀਂ ਕੋ ਪੇਨ ਕਲਰ ਦੇ ਕੇ ਉਹਨੂੰ ਰੋਕ ਸਕਦੇ ਹੋ ਜਾਂ ਤੁਸੀਂ ਸਕਿਨ ਦੀਆਂ ਕੋ ਐਂਟੀ ਅਲਰਜਿਕ ਦੇ ਕੇ ਸਕਿਨ ਨੂੰ ਠੀਕ ਕਰ ਸਕਦੇ ਹੋ ਲੇਕਿਨ ਆਰਬੀ ਦੇ ਵਿਧਾਨ ਅਨੁਸਾਰ ਅਗਰ ਤੁਸੀਂ ਵਿਅਕਤੀ ਦੇ ਡੀਐਨਏ ਪ੍ਰਕਿਰਤੀ ਨੂੰ ਫਾਈਂਡ ਆਊਟ ਕਰਕੇ ਫਿਰ ਉਹਦਾ ਡਾਇਗਨੋਸ ਕਰਕੇ ਤੁਸੀਂ ਉਹਨੂੰ ਚਿਕਿਤਸਾ ਕਰੋਗੇ ਜਾਂ ਟ੍ਰੀਟਮੈਂਟ ਕਰੋਗੇ ਤਾ ਉਹ ਕਿਉਰ ਹੋਏਗਾ ਉਹਦਾ ਲਾਈਫਸਪੈਨ ਜਿੰਨਾ ਪ੍ਰਮਾਤਮਾ ਨੇ ਦਿੱਤਾ ਹੈਗਾ ਉਨਾ ਹੀ ਹੈ ਪਰ ਉਹ ਲਾਈਫਸਪੈਨ ਉਹ ਵਿਅਕਤੀ ਕੰਫਰਟੇਬਲ ਜੀ ਪਾਏਗਾ ਹਾਂ ਆ ਡਾਕਟਰ ਵੈਦਯ ਜਗਜੀਤ ਸਿੰਘ ਜਿੱਕਰ ਅਸੀਂ ਜ਼ਿਕਰ ਕਰੀਏ ਅੱਜ ਦਾ ਸਮਾਂ ਅੱਜ ਦੀ ਜਨਰੇਸ਼ਨ ਦਾਸ ਅੱਜ ਦੇ 에ਰੇ ਦਾ ਅਸੀਂ ਜ਼ਿਕਰ ਕਰੀਏ ਅਗਰੇ ਕਹਿਣਾ ਬਿਲਕੁਲ ਮੈਨੂੰ ਲੱਗਦਾ ਸ਼ਾਇਦ ਗੁਰੇਜ ਨਹੀਂ ਕਰਨਾ ਚਾਹੀਦਾ ਔਰ ਗਲਤ ਨਹੀਂ ਹੋਏਗਾ ਕਿ ਅੱਜ ਹਰ ਇਨਸਾਨ ਨੌਜਵਾਨ ਪੀੜੀ ਤੋਂ ਲੈ ਕੇ ਅਸੀਂ ਵਿੱਚ ਵਿੱਚ ਵਿਚਾਲੀਆ ਬਜ਼ੁਰਗ ਤੱਕ ਦੀ 에ਜ ਦਾ 60 65 ਦੀ ਜ਼ਿਕਰ ਦਾ ਕਰੀਏ ਹਰ ਇਨਸਾਨ ਚਲਦਾ ਫਿਰਦਾ ਗੂਗਲ ਆਵੇਂ ਉਸ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਕਿਹਾ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਅੱਜ ਹਰ ਚੀਜ਼ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੁੰਦੀ ਹੈ ਸਾਰਿਆਂ ਨੂੰ ਲੱਗਦਾ ਕਿ ਅਸੀਂ ਆਪ ਆਪਣੇ ਆਪ ਦੇ ਵਿੱਚ ਡਾਕਟਰ ਆ ਅਸੀਂ ਆਪ ਆਪਣੇ ਆਪ ਦੇ ਵਿੱਚ ਪੱਤਰਕਾਰ ਆ ਸਾਰਿਆਂ ਨੂੰ ਲੱਗਦਾ ਕਿ ਸਾਰਿਆਂ ਨੂੰ ਹਰ ਚੀਜ਼ ਦੇ ਨਾਲ ਅਸੀਂ ਵਾਕਫ ਆ ਸੋ ਉਸ 에ਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਸਾਨ ਨੂੰ ਇਹ ਦੱਸਿਆ ਜਾ ਸਕਦਾ ਹੈ ਜਾਂ ਦਰਸ਼ਕਾਂ ਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਸੱਚ ਮੂਛਦਾ ਔਰ ਅਸਲ ਵੈਦ ਜਾਂ ਅਸਲ ਆਯੁਰਵੇਦਾ ਹੈ ਕਿ ਅਸੀਂ ਆਪਣੀ ਕਿਸ ਤਰੀਕੇ ਦੇ ਨਾਲ ਬਿਮਾਰੀਆਂ ਤੋਂ ਨਜਾਤ ਪਾਉਣ ਦੇ ਲਈ ਕਦੋਂ ਅਸੀਂ ਆਯੁਰਵੇਦਾ ਕੋਲ ਪਹੁੰਚਣਾ ਇਹ ਤੁਹਾਡੀ ਗੱਲ ਬਿਲਕੁਲ درست ਹੈ ਇਹ ਗੂਗਲ ਜਾਂ ਇਨਾ ਹਾਈ ਟੈਕ ਹੋਣਾ ਹੀ ਆਯੁਰਵੇਦ ਨੂੰ ਜ਼ਿਆਦਾ ਸਪਰੈਡ ਕਰ ਰਿਹਾ ਹੈ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੀ ਜਿਵੇਂ ਅਸੀਂ ਲੀਚ ਥੈਰੇਪੀ ਕਰਦੇ ਆਂ ਸਾਡਾ ਆਪਣਾ ਸੈਂਟਰ ਐਰਵੇ ਸੈਂਟਰ ਹੈ ਚੰਡੀਗੜ੍ਹ ਦੇ ਵਿੱਚ ਅਸੀਂ ਤਿੰਨ ਜਿਹੜੇ ਸੈਂਟਰ ਨੇ ਉਹ ਰਨ ਕਰ ਰਹੇ ਆਂਗੇ ਅਸੀਂ ਜਿੰਨੇ ਵੀ ਡਿਫਰੈਂਟ ਤਰ੍ਹਾਂ ਦੇ ਟਰੀਟਮੈਂਟ ਕਰਦੇ ਆਂ ਜਾਂ क्रੋਨਿਕ ਪੇਸ਼ੈਂਟ ਦੇਖਦੇ ਆਂ ਉਹ ਇਮੀਡੀਏਟਲੀ ਵਾਇਰਲ ਹੁੰਦੇ ਨੇ ਤੁਸੀਂ ਹੈਰਾਨ ਹੋਵੋਗੇ ਸਾਡੀ ਪਿੱਛੇ ਜੇ ਲੀਚ ਥੈਰੇਪੀ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋਈ ਅੱਜ ਉਹ 80 ਲੱਖ ਲੋਕਾਂ ਨੇ ਦੇਖ ਲਈ ਔਰ ਕਿੰਨੀਆਂ ਕੁਐਰੀਜ਼ ਕਿੰਨਾ ਸਾਨੂੰ ਔਰ ਕਿੰਨੇ ਕੁ ਲੋਕ ਉਹਦਾ ਫਾਇਦਾ ਉਠਾ ਰਹੇ ਨੇ ਪਤ ਨਹੀਂ ਕਿੱਥੇ-ਕਿੱਥੋਂ ਅਦਰ ਸਟੇਟਸ ਤੋਂ ਲੋਕ ਆ ਕੇ ਪੈਰਲੈਸਿਸ ਦੇ ਪੇਸ਼ੈਂਟ ਸਕਿਨ ਦੇ ਪੇਸ਼ੈਂਟ ਲਾਈਪੋਮਾਸ ਦੇ ਪੇਸ਼ੈਂਟ ਮਤਲਬ ਕਿ ਜਿੱਥੇ ਜਿੱਥੇ ਵੀ ਲੀਚ ਥੈਰੇਪੀ ਕੰਮ ਕਰਦੀ ਹੈ ਉਹ ਲੀਚ ਲਗਾਉਣ ਵਾਸਤੇ ਕਿੱਡੀ ਕਿੱਡੀ ਦੂਰੋਂ ਸਾਡੇ ਕੋਲ ਆ ਰਹੇ ਨੇ ਉਹਦਾ ਕਾਰਨ ਇਹੀ ਹੈ ਕਿ ਅੱਜ ਜੇ ਅਗਰ ਲੋਕ ਗੂਗਲ ਦੇਖਦੇ ਨੇ ਇਹ ਕਿ ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਜੀ ਕਿ ਲੋਕ ਨਾ ਇਹ ਦੇਖਣ ਤੋਂ ਬਾਅਦ ਕਈ ਵਾਰ emergancy ਜਾਂ ਕਈ ਵਾਰ instant ਠੀਕ ਹੋਣਾ ਚਾਹੁੰਦੇ ਨੇ ਬਿਲਕੁਲ ਉਹ ਚਾਹੁੰਦੇ ਨੇ ਵੀ ਸਾਨੂੰ ਜਿਹੜਾ ਹੈ ਨਾ ਜੇ ਮਾ ਕੋ ਕਿ ਸਾਨੂੰ ਇੰਡਾਈਜੈਸ਼ਨ ਹੋਇਆ ਹੋਇਆ ਹੈਗਾ ਤਾਂ ਇਹ ਗੋਲੀ ਖਾ ਲੋ ਢੀ ਖਾਲੀ ਪੇਟ ਖਾਣੀ ਪੈਂਦੀ ਹੈ ਉਹਦੇ ਨਾਲ ਠੀਕ ਹੋ ਜਾਗੇ no doubt ਕਿ ਤੁਸੀਂ ਉਹਦੇ ਨਾਲ ਠੀਕ ਹੋ ਜਾਓਗੇ ਪਰ ਉਹ ਤੁਸੀਂ ਟਰੀਟਮੈਂਟ ਨਹੀਂ ਕਰ ਰਹੇ ਉਹ ਤੁਸੀਂ ਇਹ ਨਹੀਂ ਦੇਖ ਰਹੇ ਕਿ ਅੰਦਰ ਜਿਹੜੇ ਥੋੜੇ ਬਹੁਤ ਅਲਸਰ ਹੋ ਗਏ ਨੇਗੇ ਉਹਨਾਂ ਨੂੰ ਅਸੀਂ ਆਯੁਰਵੇਦੀਆਂ ਸਿੰਪਲ ਚੀਜ਼ਾਂ ਸਿੰਪਲ ਕੜਾ ਜਾਂ ਸਿੰਪਲ ਚੂਰਨ ਜਾਂ ਸਿੰਪਲ ਟੈਬਲੇਟਸ ਨਾਲ ਅਸੀਂ ਠੀਕ ਕਰ ਸਕਦੇ ਹਾਂਗੇ ਤਾਂ ਤੁਸੀਂ ਜਿਹੜਾ ਉਹ ਕਿਸੇ ਹੋਰ ਦਵਾਈਆਂ ਦੇ ਉੱਪਰ ਜਦੋਂ ਡਿਪੈਂਡ ਕਰਨ ਲੱਗ ਜਦਦੇ ਹੋਗੇ ਫਿਰ ਤੁਹਾਨੂੰ ਟਾਈਮ ਲੱਗਦਾ ਹੈਗਾ ਇੱਕ ਜਿਹੜਾ ਹੈ ਨਾ ਸਾਨੂੰ ਇਹ ਬੜਾ ਰਵਾਜ ਹੁੰਦਾ ਹੈ ਵੀ ਫਟਾਟ ਅਸੀਂ ਅਲਟਰਾਸਾਉਂਡ ਕਰਾਈਏ ਐਂਡੋਸਕੋਪੀ ਕਰਾਈਏ ਕਈ ਵਾਰ ਬਾਣੀ ਜੀ ਜ਼ਰੂਰਤ ਨਹੀਂ ਹੁੰਦੀ ਹੂੰ ਸਾਨੂੰ ਇਸ ਤਰ੍ਹਾਂ ਦੇ ਟੈਸਟਾਂ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਅਸੀਂ ਨਾ ਟੈਸਟ ਵੀ ਅਸੀਂ ਫਾਈਂਡ ਆਊਟ ਕਰਨਾ ਚਾਹੁੰਦੇ ਆਂ ਜੀ ਤੁਸੀਂ ਫਾਈਂਡ ਆਊਟ ਕਰ ਲਿਆ ਅਮਲ ਤੁਸੀਂ ਫੇਰ ਹੀ ਠੀਕ ᱛੀ ਕਿ ਨਾ ਕਰ ਰਹੇ ਤੇ ਟਰੀਟਮੈਂਟ ਦਾ ਫੇਰ ਤੁਹਾਨੂੰ ਕਿਉਂ ਬਲ ਲਈ ਤੁਸੀਂ ਜਾ ਰਹੇ ਤੁਸੀਂ ਸਿਰਫ ਮੈਨੇਜਮੈਂਟ ਬਲ ਜਾ ਰਹੇ ਹੋਗੇ ਸੋ ਅੱਜ ਦੇ ਯੁੱਗ ਦਾ ਫਾਇਦਾ ਉਠਾ ਕੇ ਇਹ ਜ਼ਰੂਰ ਸਾਨੂੰ ਦੇਖਣਾ ਚਾਹੀਦਾ ਹੈਗਾ ਵੀ ਕਿਹੜੀ ਪੈਥੀ ਜਾਂ ਕਿਹੜੀ ਸਾਇੰਸ ਕੰਪਲੀਟ ਹੈ ਕਿਹਦੇ ਨਾਲ ਮੇਰੀ ਜਿਹੜੀ ਕਾਇਆ ਸਵਸਥ ਹੋ ਸਕਦੀ ਹੈ ਮੈਂ ਨੇਚਰ ਦੇ ਨਜ਼ਦੀਕ ਰਹਿ ਕੇ ਜਿਆਦਾ ਸਵਸਥ ਹੋ ਸਕਦਾ ਜਾਂ ਮੈਂ ਥੋੜਾ ਜਿਹਾ ਅਬਨਾਰਮਲ ਮੈਂ ਕਹਾਂਗਾ ਜਾਂ ਕੋਈ ਇਸ ਤਰ੍ਹਾਂ ਦੇ ਟ੍ਰੀਟਮੈਂਟ ਲੈ ਕੇ ਜਾਂ ਟੈਂਪੋਰੀ ਟ੍ਰੀਟਮੈਂਟ ਲੈ ਕੇ ਮੈਂ ਸਵਸਥ ਹੋ ਸਕਦਾ ਸੋ ਅੱਜ ਦਾ ਜਿਹੜਾ ਯੁੱਗ ਹੈ ਨਾ ਜੀ ਉਹ ਆਯੁਰਵੇਦ ਦਾ ਯੁੱਗ ਹੈ ਯੁੱਗ ਤਾਂ ਸ਼ੁਰੂ ਤੋਂ ਆਯੁਰਵੇਦ ਦਾ ਜੀ ਲੇਕਿਨ ਬਚਕਾਰ ਜਿੰਮੇ ਕਹਿੰਦੇ ਵੀ ਕਈ ਸਚਾਈ ਪ੍ਰਤਾੜਿਤ ਹੋ ਸਕਦੀ ਹੈ ਲੇਕਿਨ ਕਦੇ ਪਰਾਜਿਤ ਨਹੀਂ ਹੋਸੀ ਬਿਲਕੁਲ ਬਿਲਕੁਲ ਉਹੀ ਚੀਜ਼ ਆਯੁਰਵੇਦ ਤੁਸੀਂ ਮੈਨੂੰ ਦੱਸੋ ਇਸ ਤੋਂ ਵਧੀਆ ਐਗਜ਼ਾਮਪਲ ਕੀ ਹੋਏਗੀ ਜੋ 2000 ਸਾਲ ਪਹਿਲਾਂ 3000 ਸਾਲ ਪਹਿਲਾਂ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਚੀਜ਼ ਉਲੇਖ ਕਰਤੀ ਲਿਖਤੀ ਹੈ ਉਹ ਅੱਜ ਵੀ ਉਨੀ ਹੀ ਸੈਂਟੀਫਿਕ ਹੈ ਹਮ ਤੁਸੀਂ ਦੇਖਿਆ ਹੋਣਾ ਥੋੜੀ ਤਾਂ ਇਹ ਛੋਟੀ ਹੈ ਹਜੇ 30 ਸਾਲ ਪਹਿਲਾਂ ਇੱਕ ਤਰਾਂਤਰਾ ਦੇ ਕੀ ਚੱਲੇ ਆਇਲ ਚੱਲੇ ਉਹਨਾਂ ਨੇ ਇਨਾ ਪ੍ਰਚਾਰ ਕਰਤਾ ਦੁਨੀਆ ਦੇ ਵਿੱਚ ਕਿ ਦੇਸੀ ਕੀ ਬਹੁਤ ਬਾੜਾ ਜੀ ਇਹ ਜਿਹੜੇ ਆਇਲ ਨੇ ਇਹ ਕੀ ਨੇ ਬਹੁਤ ਇਫੈਕਟਿਵ ਨੇ ਲੇਕਿਨ ਉਸ ਤੋਂ ਬਾਅਦ ਉਹ ਪੰਜ ਚਾਰ ਸਾਲ ਜਦੋਂ ਦੇ ਸਾਈਡ ਇਫੈਕਟ ਸ਼ੁਰੂ ਹੋਏ ਲੋਕਾਂ ਨੇ ਖਾਣੇ ਬੰਦ ਕਰਤੇ ਅੱਜ ਫੇਰ ਲੋਕ ਉਨੇ ਦੇਸੀ ਕੀ ਤੇ ਵਿਸ਼ਵਾਸ ਕਰਦੇ ਨੇ ਸਿਮਿਲਰਲੀ ਆਯੁਰਵੇਦ ਨਾਲ ਹੁੰਦਾ ਹੈਗਾ ਬਹੁਤ ਵਿੱਚ ਦੀ ਇਸ ਤਰ੍ਹਾਂ ਦੇ ਆਉਂਦੇ ਨੇ ਜਾਂ ਇਸ ਤਰ੍ਹਾਂ ਕਿਹਾ ਜਾਂਦਾ ਵੀ ਲੋਕੋ ਜੀ ਇਹ ਤਾਂ ਐਵੇਂ ਇਸ ਤਰ੍ਹਾਂ ਦੀ ਸਾਇੰਸ ਹੈ ਤਾਂ ਤੁੱਕੇ ਵਾ ਮੈਂ ਤਾਂ ਕਈ ਵਾਰ ਦੇਖਦਾ ਕਿ ਕਈ ਲੋਕ ਲਿਖਿੰਦੇ ਨੇ ਵੀ ਇਹ ਅਲਟਰਨੇਟਿਵ ਸਾਇੰਸ ਹੈ ਹਾਂ ਮੈਂ ਇਹ ਕਹਿੰਨਾ ਕਿ ਮੈਨੂੰ ਕੋਈ ਪ੍ਰੂਫ ਤਾਂ ਦੋ ਅਸਲੀ ਸਾਇੰਸ ਸਾਡੇ ਜਿਹੜੀ ਹੈ ਉਹ yatharth ਜਾਂ ਸਾਡੀ ਸੱਚਾਈ ਜਿਹੜੀ ਹੈ ਉਹ ਆਯੁਰਵੇਦ ਹੀ ਹੈਗੀ ਬਾਕੀ ਸਾਰੀਆਂ ਟਾਈਮ ਟੂ ਟਾਈਮ ਆਉਂਦੀਆਂ ਨੇ ਜਾਂਦੀਆਂ ਨੇਗੀਆਂ ਕਈ ਸਾਇੰਸ ਹਾਂ ਸਰਜਿਕਲ ਦੇ ਵਾਸਤੇ ਐਮਰਜੈਂਸੀ ਵਾਸਤੇ ਜਿਹੜੇ ਲੇਟੈਸਟ ਇਕੁਪਮੈਂਟ ਆ ਗਏ ਨੇਗੇ ਸਾਡੇ ਜੋ ਕੰਮ ਆਉਂਦੇ ਨੇ ਐਮਰਜੈਂਸੀ ਵਿੱਚ ਅਸੀਂ ਉਹਨੂੰ ਡਰਾਈ ਨਹੀਂ ਕਰਦੇ ਲੇਕਿਨ ਜਦੋਂ ਤੁਸੀਂ ਕੋਈ ਕ੍ਰੋਨਿਕ ਇਲਮੈਂਟ ਦੀ ਕੋਈ ਮੈਡੀਸਨ ਜਾ ਕੇ ਕਿਸੇ ਹੋਰ ਸਾਇੰਸ ਵਿੱਚ ਲੈਣੇ ਹੋ ਉਹ ਤੁਹਾਨੂੰ ਟੈਂਪਰਰੀ ਰੀਲੀਫ ਕਰਦੀ ਹੈ ਉਹ ਸਾਨੂੰ ਸਿਹਤ ਯਾਬ ਨਹੀਂ ਕਰਦੀ ਹਾਂ ਬਿਲਕੁਲ ਅਸੀਂ ਜਿਵੇਂ ਜ਼ਿਕਰ ਕਰ ਰਹੇ ਹਾਂ ਕਿ ਸਿਹਤ ਯਾਬ ਨਹੀਂ ਕਰਦੀ ਇੱਕ ਚੰਗਾ ਸਿਹਤ ਯਾਬ ਹੋਣ ਦੇ ਲਈ ਅਸੀਂ ਜੇਕਰ ਜ਼ਿਕਰ ਕਰੀਏ ਕਿ ਮਾਰਕੀਟ ਕੰਪੀਟੀਸ਼ਨ ਦਾ ਸਮਾਨ ਹੈ ਭਾਵੇਂ ਕੋਈ ਵੀ ਫੀਲਡ ਹੋਵੇ ਤੁਹਾਡੀ ਲਾਈਨ ਦਾ ਵੀ ਜ਼ਿਕਰ ਜ਼ਿਕਰ ਕਰੀਏ ਸੋ ਕਿ ਚੰਡੀਗੜ ਆਯੁਰਵੇਦਾ ਸੈਂਟਰ ਹੀ ਕਿਉਂ ਦੇਖੋ ਬਹੁਤ ਅੱਛਾ ਤੁਹਾਨੂੰ ਸਵਾਲ ਕਰ ਹੈਗਾ ਚੰਡੀਗੜ੍ਹ ਦੇ ਰਿਪਰਸੈਂਟੇਟਿਵ ਮੈਂ ਸ੍ਰੀਨੀ ਕਿ ਮੈਂ ਰਨ ਕਰ ਰਿਹਾ ਜਾਂ ਮੇਰੇ ਬੇਟਾ ਰਨ ਕਰ ਰਿਹਾ ਹੈ ਬੇਟੀ ਰਨ ਕਰ ਰਹੀ ਹੈ ਇਸ ਕਰਕੇ ਨਹੀਂ ਮੈਂ ਕਹਾਗਾ ਜੋ ਅੱਜ ਦੇ ਜਵਾਨ ਨੇ ਤੁਸੀਂ ਗੱਲ ਕਹੀ ਹੈ ਨਾ ਅਸੀਂ ਉਸੇ ਮੁਤਾਬਕ ਬਹੁਤ ਹਾਈ ਟੈਕ ਔਰ ਟ੍ਰਾਂਸਪੇਰੈਂਟਲੀ ਜੀ ਹਰੇਕ ਮੈਡੀਸਨ ਨੂੰ ਆਪ ਤਿਆਰ ਕਰਦੇ ਹਾਂ ਹਮ ਸਾਡੇ ਨਾਲ 130 ਸਾਲ ਦਾ 131 ਸਾਲ ਦਾ ਤਜਰਬਾ ਨਾਲ ਹੈ ਹਮ ਚਾਹੇ ਅੱਜ ਗ੍ਰੈਂਡਫਾਦਰ ਸਾਡੇ ਜਾਂ ਮੇਰੇ ਮਦਰ ਫਾਦਰ ਮੇਰੇ ਅੱਜ ਵੀ ਹੈਗੇ ਨੇਗੇ ਅਸੀਂ ਉਹਨਾਂ ਦੀ ਸੁਪਰਵਾਈਜ਼ਨ ਉਹਨਾਂ ਦੀ ਇੱਕ ਇੱਕ ਚੀਜ਼ ਨੂੰ ਮੈਸ ਨੂੰ ਦੱਸਿਆ ਨਾ ਕਿ ਹਜ਼ਾਰਾਂ ਸਾਲ ਪਹਿਲਾਂ ਜੋ ਸ਼ਾਸਤਰਾਂ ਚ ਲਿਖਤਾ ਅੱਜ ਉਹਨਾਂ ਹੀ ਪ੍ਰੈਕਟੀਕਲ ਹੈਗਾ ਚੰਡੀਗੜ੍ਹ ਐਲੋਪੈਥਿਕ ਸੈਂਟਰ ਦੀ ਹਰ ਇੱਕ ਚੀਜ਼ ਮਨੇ ਕਿ ਤੁਸੀਂ ਬਾਣੀ ਜੀ ਦੇਖੋ ਕਿ ਸਾਡੀ ਇੱਕ ਛੋਟੀ ਜੀ ਮੈਡੀਸਨ ਵੀ ਹੈ ਹਰ ਇੱਕ ਦੇ ਉੱਪਰ ਕਿਊਆਰ ਕੋਡ ਲੱਗਿਆ ਹੋਇਆ ਹੈ ਹਾਂ ਆ ਤੁਸੀਂ ਬਾਕੀ ਮਾਰਕੀਟ ਵੀ ਜਾਣੇ ਹੋ ਨਾ ਤੁਸੀਂ ਕਿਊਆਰ ਕੋਡ ਨੂੰ ਸਕੈਨ ਕਰਦੇ ਹੋ ਤੁਹਾਨੂੰ ਸਮਝ ਆ ਜਾਂਦਾ ਵੀ ਕੀ ਹੈ ਇਹਦੇ ਵਿੱਚ ਸਾਡੀ ਮੈਡੀਸਨ ਦੇ ਵਿੱਚ ਵੀ ਇਸ ਤਰ੍ਹਾਂ ਹੈਗਾ ਮੈਂ ਦਾਵਾ ਕਰਦਾ ਕਿ ਕਿੰਨੇ ਕ ਐਲੋਪੈਥਿਕ ਨੇ ਜੇ ਇਹ ਹਰ ਇੱਕ ਚੀਜ਼ਾ ਹਰ ਇੱਕ ਆਯੁਰਵੇਦਿਸਟ ਇਸ ਨੂੰ ਫੋਲੋ ਕਰੇ ਜਾਂ ਐਕਸਟਰਾ ਕਰੇ ਤਾਂ ਅਸੀਂ ਆਯੁਰਵੇਦ ਨੂੰ ਹੋਰ ਸਪਰੈਡ ਕਰ ਸਕਦੇ ਹਾਂ ਜਾਂ ਸਾਡੀ ਸਰਕਾਰ ਜਿਹੜੀ ਹੈ ਇਹਦੇ ਵੱਲ ਧਿਆਨ ਦੇਵੇ ਅੱਗੇ ਨਾਲੋਂ ਮੈਨੂਫੈਕਚਰਿੰਗ ਦੇ ਵਿੱਚ ਬਹੁਤ ਚੇਂਜਸ ਆਈਆਂ ਨੇ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਜਿਹੜੀ ਸਾਡੀ ਮੈਨੂਫੈਕਚਰਿੰਗ ਹੈ ਅਸੀਂ ਉਹਦੇ ਵਿੱਚ ਬਹੁਤ ਹੀ ਹਾਈ ਟੈਕ ਔਰ ਹਾਈਲੀ ਕੁਆਲੀਫਾਈਡ ਜਿਹੜੇ ਕਿ ਕੁਆਲਿਟੀ ਚੈੱਕ ਕਰਦੇ ਨੇ ਜੀ ਰॉ ਮਟੀਰੀਅਲ ਵੀ ਅਸੀਂ ਚੈੱਕ ਕਰਦੇ ਹਾਂ ਮੇਰਾ ਬੇਟਾ ਵੈਦ ਕਰਨਵੀਰ ਸਿੰਘ ਇਸ ਮਾਮਲੇ ਵਿੱਚ ਇੰਨਾ ਕਿ ਡੈਡੀਕੇਟਿਡ ਹੈਗਾ ਕਿ ਉਹਨੂੰ ਹੋਰ ਮੈਂ ਦੇਖਦਾ ਕਿ 24 ਘੰਟੇ 'ਚ ਹੋਰ ਕੋਈ ਕੰਮ ਹੀ ਨਹੀਂ ਹੈ ਮੈਡੀਸਨ ਦੀ ਕੁਆਲਿਟੀ ਤੋਂ ਦੇ ਨਾਲ-ਨਾਲ ਪੇਸ਼ੈਂਟ ਨੂੰ ਪਰਸਨਲ ਟੱਚ ਦੇਣਾ ਉਹਦੀ ਤਕਲੀਫ ਨੂੰ ਸਮਝਣਾ ਉਹਦੀ ਤਕਲੀਫ ਨੂੰ ਫਿਰ ਅੱਗੇ ਡਿਸਕਸ ਕਰਨਾ ਮੇਰੇ ਨਾਲ ਡਿਸਕਸ ਕਰਨਾ ਔਰ ਫਿਰ ਸਾਡਾ ਤਿੰਨਾਂ ਦਾ ਗਰੁੱਪ ਹੈ ਮੈਂ ਮੇਰੀ ਬੇਟੀ ਮੇਰਾ ਬੇਟਾ ਅਸੀਂ ਇੱਕ-ਇੱਕ ਪੇਸ਼ੈਂਟ ਨੂੰ ਮੈਡੀਸਨ ਦਾ ਇੱਕ ਪਾਰਟ ਹੋ ਗਿਆ ਫਿਰ ਉਸ ਤੋਂ ਬਾਅਦ ਮੈਡੀਸਨ ਦਾ ਡੋਸ ਦੇਖੋ ਅਕਸਰ ਲੋਕਾਂ ਨੂੰ ਹੁੰਦਾ ਸੀ ਜੀ ਅਸੀਂ ਇੰਨੀਆਂ ਐਰੋਇਸ ਡਾਕਟਰ ਕੋਲ ਚਲੇ ਜਾਓ ਉਹ ਥੈਲਾ ਭਰ ਕੇ ਦਵਾਈਆਂ ਦੇ ਦਿੰਦੇ ਨੇ ਜੀ ਹਾਂ ਅਸੀਂ ਉਹਦੀ ਡੋਜ ਇਸ ਤਰ੍ਹਾਂ ਦੀ ਬਣਾਈ ਹੈ ਅਪਰੂਵ ਕਰਾਈ ਹੈ ਗਵਰਨਮੈਂਟ ਕੋਲੋਂ ਕਿ ਸਵੇਰੇ ਸ਼ਾਮ ਹਰੇਕ ਵਿਅਕਤੀ ਚਾਹੇ ਉਹ ਸਰਵਿਸਮੈਨ ਹੈ ਚਾਹੇ ਉਹ ਜੌਬ ਕਰਨ ਵਾਲਾ ਹੈ ਜਾਂ ਉਹ ਕਿਤੇ ਐਸਟਾ ਦਾ ਵਰਕ ਕਰ ਰਿਹਾ ਹੈਗਾ ਕਿ ਉਹ ਆਰਾਮ ਨਾਲ ਉਸ ਮੈਡੀਸਨ ਨੂੰ ਸਵੇਰੇ ਸ਼ਾਮ ਲੈ ਸਕਦਾ ਹੈਗਾ ਅਸੀਂ ਉਹ ਚੀਜ਼ ਤਿਆਰ ਕਰੀ ਹੈ ਫਿਰ ਸਾਡੇ ਕੋਲ ਜਿਹੜਾ ਐਕਸਪੀਰੀਅੰਸ ਹੈ ਸਭ ਤੋਂ ਵੱਡੀ ਸਾਡੀ ਗ੍ਰੇਸ ਜਾਂ ਸਾਡੀ ਸਮਝ ਲੋ ਵੀ ਬੈਕਬੋਨ ਹੀ ਹੈਗਾ ਸਾਨੂੰ ਜੇ ਥੋੜਾ ਜਿਹਾ ਵੀ ਕੋਈ ਸਾਨੂੰ ਪੇਸ਼ੈਂਟ ਨੂੰ ਰਿਸਪੌਂਸ ਨਹੀਂ ਮਿਲਦਾ ਜਾਂ ਕੋਈ ਸਾਨੂੰ ਇਹ ਪੇਸ਼ੈਂਟ ਦੱਸਦਾ ਹੈਗਾ ਤਾਂ ਅਸੀਂ ਆਪਣੀ ਮੈਡੀਸਨ ਨੂੰ ਰਿਵਾਈਵ ਡਿਸਕਸ ਕਰਦੇ ਹਾਂਗੇ ਵੀ ਕਿਹੜੀ ਮੈਡੀਸਨ ਦੇ ਵਿੱਚ ਅੱਜ ਦੇ ਟਾਈਮ 'ਚ ਕੀ ਲੋੜ ਹੈ ਹਾਂ ਅਸੀਂ ਇੱਕ ਇੱਕ ਚੀਜ਼ ਸੀਲ ਬੰਦ ਔਰ ਹਰੇਕ ਅਸੀਂ ਸਰਟੀਫੀਕੇਟ ਲਿਆ ਹੋਇਆ ਹੈਗਾ ਜਿਹੜਾ ਕਿ ਲੋਕਾਂ ਤੱਕ ਜਾਂ ਅਸੀਂ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ 'ਚ ਇੱਕ ਦੋ ਕੰਟਰੀ ਨੇ ਜਿੱਥੇ ਕਿ ਟੋਟਲੀ ਕੋਈ ਬਾਹਰੋਂ ਚੀਜ਼ ਨਹੀਂ ਜਾਂਦੀ ਹਰੇਕ ਵਰਲਡ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਸਾਡੀ ਮੈਡੀਸਨ ਦੀ ਸ਼ਿਪਮੈਂਟ ਜਾਂਦੀ ਹੈ ਅਸੀਂ ਉਹ ਸਹੂਲਤ ਆਪਦੇ ਪੇਸ਼ੈਂਟ ਨੂੰ ਦਿੱਤੀ ਹੋਈ ਹੈ ਔਨ ਕਾਲ ਮੇਰਾ ਬੇਟਾ ਕੰਸਲਟ ਕਰ ਦੇਗਾ ਮੈਂ ਵੀ ਜਿੰਨਾ ਕਿ ਮੇਰੇ ਕੋਲ ਟਾਈਮ ਹੁੰਦਾ ਹੈਗਾ ਮੈਂ ਵੀ ਔਨ ਕਾਲ ਪਹਿਲਾਂ ਟਾਈਮ ਲੈਣਾ ਪੈਂਦਾ ਹੈ ਪੇਸ਼ੈਂਟ ਨੂੰ ਅਸੀਂ ਉਹਨਾਂ ਨੂੰ ਦੇਖਦੇ ਆਂਗੇ ਮਤਲਬ ਕਿ ਸਾਡੇ ਚੰਡੀਗੜ੍ਹ ਰਿਵੈਂਟ ਸੈਂਟਰ ਤੇ ਮਾਡਰਨ ਹਾਈ ਟੈਕ ਕੁਆਲਟੀ ਵਰਕ ਔਰ ਪੁਰਾਣਾ ਐਕਸਪੀਰੀਅੰਸ ਇਹ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਹਾਂ ਦੇਖੋ ਅੱਜ ਇੱਕ ਇਸ ਤਰ੍ਹਾਂ ਦੀ ਸਲੈਬ ਹੁੰਦੀ ਹੈ ਲਾਈਫ ਦੇ ਵਿੱਚ ਕਿ ਕਈ ਲੋਕਾਂ ਨੇ ਪੁਰਾਣਾ ਜ਼ਮਾਨਾ ਨਹੀਂ ਦੇਖਿਆ ਕਈ ਲੋਕਾਂ ਨੇ ਇਹ ਨਵਾਂ ਹਾਈ ਟੈਕ ਜ਼ਮਾਨਾ ਨਹੀਂ ਦੇਖਿਆ ਚੰਡੀਗੜ੍ਹ ਆਇਬਾ ਸੈਂਟਰ ਤੇ ਸਾਰੇ ਚੀਜ਼ਾਂ ਦਾ ਕੰਬੀਨੇਸ਼ਨ ਹੈ ਪੁਰਾਣੇ ਜ਼ਮਾਨੇ ਦੇ ਮੇਰੇ ਫਾਦਰ ਮੇਰੇ ਮਦਰ ਦੇ ਐਕਸਪੀਰੀਅੰਸ ਮੇਰੇ ਗ੍ਰੈਂਡਫਾਦਰ ਦੇ ਐਕਸਪੀਰੀਅੰਸ ਉਹਨਾਂ ਦੇ ਨੁਸਖੇ ਇੱਕ ਇੱਕ ਚੀਜ਼ ਜਿਹੜੀ ਹੈ ਉਹ ਸਾਡੇ ਕੋਲ ਲਿਖੀ ਹੋਈ ਹੈ ਜੋ ਗ੍ਰੰਥ ਲਿਖਿਓ ਨੇ ਹੱਥ ਦੇ ਨਾਲ ਉਹ ਸਾਰੇ ਅਸੀਂ ਉਸ ਤੋਂ ਬਿਧਿਵਤ ਤਿਆਰ ਕਰਦੇ ਹਾਂ ਸ਼ਾਸਤ ਰੋਗ ਅਗਰ ਜਦੋਂ ਦਵਾਈਆਂ ਸਾਡੀਆਂ ਬਣਦੀਆਂ ਨੇ ਸ਼ਾਸਤੋਕਤ ਬਿਧੀ ਰਣੀ ਸ਼ਾਸਤੋਕਤ ਵੀ ਜੋ ਸ਼ਾਸਤਰਾਂ ਚ ਲਿਖਿਆ ਹੋਇਆ ਹੈ ਜੋ ਪੈਰਾਮੀਟਰ ਸ਼ਾਸਤਰਾਂ ਨੇ ਦਿੱਤੇ ਹੋਏ ਨੇ ਲੇਕਿਨ ਉਹਨਾਂ ਨੂੰ ਮਾਡਰਨ ਤਰੀਕੇ ਨਾਲ ਡਿਸਪੈਂਸ ਕੀਤਾ ਜਾਂਦਾ ਅਸੀਂ ਤਾਂ ਨਾਮ ਵੀ ਜਿਹੜੇ ਨੇ ਨਾ ਜੀ ਸਾਡੀ ਸੈਂਟਰ ਦੇ ਉੱਪਰ ਉਹ ਇੰਡੀਕੇਟਿਵ ਨੇ ਜਿਵੇਂ ਮੰਨ ਲਓ ਅਲਸਰ ਲਈ ਕਿਹੜੀਆਂ ਦਵਾਈਆਂ ਅਲਸਰ ਹੀਲ ਹਮ ਡਾਈਜੈਸ਼ਨ ਇਨ ਡਾਈਜੈਸ਼ਨ ਲਈ ਕਿਹੜੀ ਦਵਾਈ ਦਾ ਨਾਮ ਕੀ ਹੈ ਡਾਈਜੈਸ਼ਨ سپورਟ ਪਲਸ ਹਮ ਨਰਵਸ ਸਿਸਟਮ ਵੀ ਹੈਗਾ ਉਹਦੇ ਵਾਸਤੇ ਮੈਡੀਸਨ ਦਾ ਨਾਮ ਰੱਖਿਆ ਨਰਵ ਨਰ ਪਲਸ ਮਤਲਬ ਕਿ ਅਸੀਂ ਨਾਮ ਵੀ ਇਸ ਤਰ੍ਹਾਂ ਦੇ ਰੱਖੇ ਨੇ ਕਿ ਇੱਕ ਆਮ ਬੰਦਾ ਇੱਕ ਸੁਧਾਰਨ ਬੰਦਾ ਇੱਕ ਸੁਧਾਰਨ ਪੇਸ਼ੈਂਟ ਵੀ ਇਹ ਸਮਝ ਸਕੇ ਕਿ ਇਹ ਦਵਾਈ ਮੇਰੇ ਨਰਵਸ ਸਿਸਟਮ ਵਾਸਤੇ ਹੈ ਇਹ ਮੇਰੇ ਡਾਈਜੈਸ਼ਨ ਵਾਸਤੇ ਹੈ ਇਹ ਮੇਰੇ ਸਿਰ ਦਰਦ ਵਾਸਤੇ ਹੈ ਇਹ ਬਲੱਡ ਪ੍ਰੈਸ਼ਰ ਵਾਸਤੇ ਉਹਨਾਂ ਦੇ ਨਾਮ ਅਸੀਂ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਔਰ ਮੈਂ ਇਹ ਕਹਿ ਸਕਦਾ ਕਿ ਇੱਕ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੈਠ ਕੇ ਇਸ ਤਿਕਨਾਂ ਪ੍ਰੈਕਟਿਸ ਕਰਨਾ ਇਹ ਸਾਡੇ ਲਈ ਵੀ ਸੁਭਾਗ ਹੈ ਔਰ ਮੈਂ ਕਹੂੰਗਾ ਸਾਡੇ ਜਿਹੜੇ ਪੇਸ਼ੈਂਟਸ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਸੁਭਾਗ ਹੈਗਾ ਕਿ ਉਹਨਾਂ ਨੂੰ ਐਸਾ ਸੈਂਟਰ ਮਿਲਿਆ ਹੋਏਗਾ ਜਿੱਥੇ ਕਿ ਪੇਸ਼ੈਂਟ ਦੀ ਕੇਅਰ ਵੀ ਬਹੁਤ ਹੁੰਦੀ ਹੈ ਔਰ ਉਹਦੇ ਨਾਲ ਨਾਲ ਅਸੀਂ ਡੀਐਨਏ ਬਕਾਇਦਾ ਸਮਝ ਕੇ ਉਹਦੀ ਨਾੜੀ ਪ੍ਰੀਖਿਆ ਕਰਕੇ ਉਹਦੇ ਜੋ ਵਿਦਿਵਤ ਆਯੁਰਵੇਦ ਦੇ ਆਇਤਨ ਨੇ ਉਹਨੂੰ ਐਨਾਲਾਈਜ਼ ਕਰਕੇ ਫਿਰ ਅਸੀਂ ਡਾਇਗਨੋਸ ਕਰਕੇ ਉਹਦਾ ਚਿਕਿਤਸਾ ਕਰਦੇ ਜਾਂਦੇ ਹਾਂ ਇਸ ਕਰਕੇ ਜਿਹੜਾ ਚੰਡੀਗੜ੍ਹ ਵਾਲਾ ਸੈਂਟਰ ਹੈਗਾ ਉਹ ਬਾਕੀਆਂ ਨਾਲੋਂ ਜਾਂ ਬਾਕੀਆਂ ਚੀਜ਼ਾਂ ਨਾਲੋਂ ਡਿਫਰੈਂਟ ਹੈ ਅ ਵੈਦ ਸਭ ਇੱਕ ਅਗਰ ਜ਼ਿਕਰ ਕੀਤਾ ਜਾਵੇ ਕਿ ਪੇਸ਼IENTS ਪੇਸ਼ੈਂਟ ਦਾ ਪੇਸ਼ੈਂਸ ਬਹੁਤ ਮਾਇਨੇ ਰੱਖਦਾ ਜੋ ਇੱਕ ਇਨਸਾਨ ਬਿਮਾਰ ਹੁੰਦਾ ਜੋ ਪੇਸ਼ੈਂਟ ਬਣ ਜਾਂਦਾ ਹੈ ਮੋਸਟਲੀ ਸਾਨੂੰ ਵੇਖਣ ਨੂੰ ਮਿਲਦਾ ਮੋਸਟਲੀ ਸਰੀਰਾਂ ਦੇ ਵਿੱਚ ਵਿਲ ਪਾਰ ਕਿਤਨਾ ਕਿਤੇ ਰਿਡਿਊਸ ਹੋ ਜਾਂਦੀ ਹੈ ਸੋ ਆਯੁਰਵੇਦਾ ਇੱਕ ਕਨਸੈਪਟ ਕਿਹਾ ਜਾਂਦਾ ਤੁਸੀਂ ਤਸਦੀਕ ਕਰਿਓ ਕਿ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ ਸੱਚ ਹੈ ਕਿ ਕਿਹਾ ਜਾਂਦਾ ਇੱਕ ਲੰਬਾ ਪ੍ਰੋਸੈਸ ਹੁੰਦਾ ਹੈ ਤਿੰਨ ਕੁ ਮਹੀਨੇ ਘੱਟੋ ਘੱਟ ਤਿੰਨ ਮਹੀਨੇ ਵੱਧ ਤੋਂ ਵੱਧ ਸਮਾਂ ਜੋ ਹੈ ਇਸ ਤੇ ਲੱਗ ਸਕਦਾ ਸੋ ਉਸ ਸਮੇਂ ਤੇ ਇੱਕ ਪੇਸ਼ੈਂਟ ਜੋ ਹੈ ਜੋ ਉਸ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਉਸ ਨੂੰ ਮੈਂਟਲੀ ਵਿਲ ਪਾਰ ਉਸ ਦੀ ਕਿਸ ਤਰੀਕੇ ਨਾਲ ਸਟਰੋਂਗ ਕੀਤੀ ਜਾ ਸਕਦੀ ਇਹ ਬਾਣੀ ਜੀ ਜਿਹੜੀ ਇਹ ਵੀ ਗੱਲ ਹੈ ਨਾ ਇਹ ਵੀ ਉਹਨਾਂ ਵੱਲੋਂ ਹੀ ਸਪਰੈਡ ਕੀਤੀ ਜਾਂਦੀ ਹੈ ਜਿਹੜੇ ਕਿ ਇਸ ਪੈਥੀ ਦੇ ਅਗੇਂਸਟ ਗੱਲ ਕਰਦੇ ਨੇ ਜਾਂ ਇਸ ਪੈਥੀ ਦੇ ਖਿਲਾਫ ਬੋਲਦੇ ਨੇ ਜੀ ਮੈਨੂੰ ਇਹ ਦੱਸੋ ਨੇਚਰ ਨੇ ਇੱਕ ਪ੍ਰੋਸੈਸ ਬਣਾਇਆਗਾ ਜੀ ਆਪਾਂ ਬ੍ਰੇਕਫਾਸਟ ਕਰਦੇ ਆ ਜੀ ਲੰਚ ਕਰਦੇ ਆ ਦਿਨਾਂ ਕਰਦੇ ਆ ਇਹ ਪ੍ਰੋਸੈਸ ਕਿਉਂ ਨਹੀਂ ਬਣਾਇਆ ਕਿ ਟਾਈਮ ਦੀ ਨਾਲੇ ਬਚਤ ਹੋਵੇ ਵੀ ਆਪਾਂ ਇੱਕ ਟਾਈਮ ਖਾਣਾ ਖਾ ਕੇ ਤਿੰਨ ਟਾਈਮ ਦਾ ਆਪਣਾ ਬਾਡੀ ਦਾ ਪੋਰਸ਼ਨ ਹੋ ਜਾਵੇ ਹੂੰ ਬੋਡੀ ਦਾ ਸੱਤ ਤਾਤਾਂ ਦਾ ਪੋਸ਼ਣ ਦਾ ਇੱਕ ਵਿਧੀ ਬਣਾਈ ਹੈ ਪਰਮਾਤਮਾ ਨੇ ਜੀ ਸਿਮਿਲਰਲੀ ਜਿੰਨੀਆਂ ਕ੍ਰੋਨਿਕ ਇਲਮੈਂਟਸ ਨੇ ਜੀ ਉਹ ਆਪਾਂ ਕਿਵੇਂ ਇੱਕ ਮੰਤਰ ਮਾਰ ਕੇ ਜਾਂ ਕਿਵੇਂ ਇੱਕ ਇਹ ਕਹਿ ਕਹਿ ਸਕਦੇ ਆ ਵੀ ਇੱਕਦਮ ਉਹ ਠੀਕ ਜੇ ਉਹਨਾਂ ਦਾ 2 ਮਹੀਨੇ ਜਾਂ 3 ਮਹੀਨੇ ਵਿੱਚ ਆਪਾਂ ਨੂੰ ਰਿਜ਼ਲਟ ਮਿਲ ਲਏਗਾ ਆਪਾਂ ਕਿਵੇਂ ਕਹਿ ਸਕਦੇ ਆ ਕਿ ਉਹਨੂੰ ਕੰਡੈਂਸ ਕਰਕੇ ਆਪਾਂ 2 ਦਿਨ ਠੀਕ ਕਰ ਦਈਏ ਹਾਂ ਦੂਸਰੀ ਗੱਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਕਿ ਇਨਸਟੈਂਟਲੀ ਕੋਈ ਰੀਲੀਫ ਨਹੀਂ ਮਿਲਦਾ ਇਹ ਵੀ ਗਲਤ ਗੱਲ ਹੈ ਹਾਂ ਇੰਡਾਈਜੈਸ਼ਨ ਹੀ ਲਗਾ ਰੋ ਆਪਾਂ ਹਮ ਇਸ ਤਰ੍ਹਾਂ ਦਾ ਸਾਡੇ ਕੋਲੇ ਐਂਟਾਸਿਡ ਹੈ ਸਾਡਾ ਮੈਂ ਕਿਹਾ ਪੂਰੇ ਵਰਲਡ ਵਿੱਚ ਜਾਂਦਾ ਸ਼ੀਤਾਰਾ ਜੀ ਦੇਜਸ ਸਪੋਰਟ ਹੈ ਪੂਰਨ ਪਾਚਕ ਹੈ ਇਹ ਸਾਡੀਆਂ ਇਸ ਤਰ੍ਹਾਂ ਦੀਆਂ ਮੈਡੀਸਿਨ ਨੇ ਕਿ ਪਹਿਲੀ ਡੋਜ਼ ਦੇ ਲੈਣ ਸਾਰੇ ਵਿਦਨ 10 ਮਿੰਟਸ ਰਿਜ਼ਲਟ ਮਿਲਦਾ ਹੈਗਾ ਹਮ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਨਸਟੈਂਟ ਰਿਜ਼ਲਟ ਨਹੀਂ ਮਿਲਦਾ ਹਮ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਕਿ ਜਿਹੜੇ ਬਾਕੀ ਪੈਥੀ ਦੇ ਵਿੱਚ ਰਿਜ਼ਲਟ ਬਹੁਤ ਜਲਦੀ ਮਿਲਦਾ ਹੈ ਉਹਦਾ ਉਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ ਹਮ ਬਾਡੀ ਦੇ ਇੱਕ ਪ੍ਰਕਿਰਿਆ ਹੈ ਸਾਡੇ ਅੰਦਰ ਪਤਾ ਨਹੀਂ ਕਿੰਨੇ ਆਰਗਨ ਕਿੰਨੇ ਫੰਕਸ਼ਨ ਚੱਲ ਰਹੇ ਨੇ ਉਸ ਫੰਕਸ਼ਨ ਨੂੰ ਇਮੀਡੀਏਟਲੀ ਸਟੀਮੂਲੇਟ ਕਰਨਾ ਮੀਤ ਅਸਟਰੀਗਰ ਕਰਨ ਦੇਣਾ ਜੇ ਉਹਨਾਂ ਫੰਕਸ਼ਨਾਂ ਨੂੰ ਡਿਸਟਰਬੈਂਸ ਨਾ ਹੋਵੇ ਔਰ ਜੋ ਫੰਕਸ਼ਨ ਇੰਬੈਲੈਂਸ ਹੋਏਗਾ ਉਹ ਵੀ ਹੌਲੀ-ਹੌਲੀ ਬੈਲੈਂਸ ਹੋ ਜਾਵੇ ਉਹੀ ਚਿਕਿਤਸਾ ਹੈ ਹਮ ਇਹੀ ਗੁਰੂਆਂ ਨੇ ઋਸ਼ੀਆਂ ਨੇ ਮੁਨੀਆਂ ਨੇ ਸਾਡੇ ਗ੍ਰੈਂਡਪੇਰੈਂਟਸ ਨੇ ਸਮਝਾਇਆ ਹੈਗਾ ਵੀ ਬਾਡੀ ਨੂੰ ਇਸ ਕਾਇਆ ਨੂੰ ਨੇਚਰਲ ਟ੍ਰੀਟਮੈਂਟ ਕੀ ਮੀਨ ਠੀਕ ਕਰਨਾ ਹੈਗਾ ਜਿਹੜੇ ਆਪਾਂ ਕਹਿੰਦੇ ਨਾ ਵੀ ਇੰਜੈਕਸ਼ਨ ਲਗਵਾ ਲਿਆ ਜਾਂ ਆਪਾਂ ਨੇ ਕੋਈ ਹੋਰ ਐਮਰਜੈਂਸੀ ਟ੍ਰੀਟਮੈਂਟ ਲੈ ਲਿਆ ਹਾਂ ਉਹ ਡਿਫਰੈਂਟ ਜ਼ਰੂਰ ਹੈ ਐਮਰਜੈਂਸੀ ਵਿੱਚ ਸਰਜੀਕਲ ਦੇ ਵਿੱਚ ਉੱਥੇ ਸਾਨੂੰ ਮਾਡਰਨ ਦਾ ਹੀ ਕਿਉਂਕਿ ਸਾਡੇ ਕੋਲ ਅੱਜ ਇਕਵਿਪਮੈਂਟ ਇੰਨੇ ਲੇਟੈਸਟ ਆ ਗਏ ਨੇ ਬਾਣੀ ਜੀ ਅਸੀਂ ਉਹ ਇਕਵਿਪਮੈਂਟ ਦਾ ਹੀ ਫਾਇਦਾ ਉਠਾਉਨੇ ਆ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੋਲੇ ਇਲੈਕਟ੍ਰੋਨਿਕ ਪੈਨ ਹੈ ਇਲੈਕਟ੍ਰੋਨਿਕ ਪੇਪਰ ਹੈ ਪ੍ਰੈਸਕ੍ਰਿਪਸ਼ਨ ਲਿਖਣ ਵਾਸਤੇ ਹਾਂ ਅਸੀਂ ਜੋ ਆਪਦੇ ਹੱਥ ਨਾਲ ਪੇਪਰ ਦੇ ਉੱਪਰ ਨੁਸਖਾ ਲਿਖਦੇ ਆ ਪ੍ਰੈਸਕ੍ਰਿਪਸ਼ਨ ਲਿਖਦੇ ਆਂਗੇ ਤਾਂ ਉਹ ਸਾਡੇ ਮੇਰੇ ਬੇਟੇ ਦੇ ਮੇਰੀ ਬੇਟੀ ਦੇ ਮੇਰੇ ਫੋਨ ਦੇ ਵਿੱਚ ਇਮੀਡੀਏਟਲੀ ਨਾਲ ਦੀ ਨਾਲ ਟਰਾਂਸਫਰ ਹੋ ਰਿਹਾ ਹਾਂ ਕਿਉਂ ਜੇ ਮੰਨ ਲਓ ਪੇਸ਼ੈਂਟ ਸਾਡੇ ਕੋਲ ਤਿੰਨ ਦਿਨ ਦਵਾਈ ਲੈ ਕੇ ਫੌਰਨ ਚਲਾ ਗਿਆ ਉਹ ਸਲਿੱਪ ਉਹਦੇ ਕੋਲ ਗੁੰਮ ਵੀ ਹੋ ਗਈ ਹੈ ਅਸੀਂ ਉਹਦਾ ਫੋਨ ਨੰਬਰ ਜਾਂ ਨਾਮ ਪਾਵਾਂਗੇ ਇਮੀਡੀਏਟਲੀ ਸਾਡੇ ਕੋਲ ਉਹਦਾ ਨੁਸਖਾ ਸਾਹਮਣੇ ਆ ਜਾਏਗਾ ਜੀ ਫਿਰ ਅਸੀਂ ਮੰਨ ਲਓ ਉਹਦਾ ਕੋਈ ਟੈਸਟ ਕਰਵਾਉਣੇ ਆ ਅਲਟਰਾਸਾਉਂਡ ਕਰਵਾਉਣੇ ਆ ਜਾਂ ਅਸੀਂ ਉਹਦੇ ਕੋਈ ਟੈਸਟ ਕਰਵਾਉਣੇ ਆ ਬਾਡੀ ਦੇ ਅਸੀਂ ਉਹਦਾ ਸਕੈਨ ਕਰਕੇ ਉਹ ਸਕੈਨ ਦੀ ਵੀ ਸਹੂਲਤ ਹੈ ਮਤਲਬ ਕਿ ਸਾਡੇ ਚੱਢੀਗਾ ਰੈਵ ਸੈਂਟਰ ਦੇ ਉੱਪਰ ਅਸੀਂ ਜਿੰਨਾ ਕੋਸ਼ਿਸ਼ ਕਰਦੇ ਆ ਜਾਂ ਜਿੰਨਾ ਅਸੀਂ ਲੇਟੈਸਟ ਇਕੁਪਮੈਂਟ ਵੀ ਨਾਲ ਅਟੈਚ ਕਰਦੇ ਆ ਔਰ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਕੰਬੀਨੇਸ਼ਨ ਨਾਲ ਸਾਡਾ ਜਿਹੜਾ ਏਮ ਹੈ ਨਾ ਉਹ ਕਾਇਆ ਨੂੰ ਸਵਸਥ ਕਰਨਾ ਹੈ ਉਹ ਇਸ ਬਾਡੀ ਨੂੰ ਠੀਕ ਕਰਨਾ ਹੈਗਾ ਹਾਂ ਬਿਲਕੁਲ ਤੁਸੀਂ ਬਿਲਕੁਲ درست ਜ਼ਿਕਰ ਕੀਤਾ ਕਿ ਸਾਨੂੰ ਇਲਾਜ ਚਾਹੀਦਾ ਹੈ ਬਟ ਸਾਨੂੰ ਸਮਾਂ ਨਹੀਂ ਚਾਹੀਦਾ ਲੇਕਿਨ ਸਮਾਂ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜੇਕਰ ਅਸੀਂ ਜਾਣਦੇ ਹਾਂ ਕਿ ਵੇਦ ਕੀ ਆਖਦਾ ਹੈ ਸ਼ਾਸਤਰ ਕੀ ਆਖਦੇ ਨੇ ਆਯੁਰਵੇਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਰੱਖਦਾ ਲੇਕਿਨ ਉਸ ਨੂੰ ਸਮਝਣ ਦੀ ਲੋੜ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਪੜ੍ਹਨ ਦੀ ਲੋੜ ਹੈ ਅੱਜ ਕੱਲ੍ਹ ਪ੍ਰਮ ਵੀ ਬਹੁਤ ਫੈਲਾਇਆ ਜਾਂਦਾ ਲੇਕਿਨ ਸਚਾਈ ਦੇ ਤੱਥਾਂ ਤੱਕ ਜਾਣ ਦੀ ਲੋੜ ਹੈ ਸੋ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਡਾਕਟਰ ਵੈਦਯ ਜਗਜੀਤ ਸਿੰਘ ਜੀ ਮੌਜੂਦ ਸੀਗੇ ਜੋ ਦੱਸ ਰਹੇ ਸੀ ਆਖਰਕਾਰ ਆਯੁਰਵੈਦ ਹੁੰਦਾ ਕੀ ਹੈ ਉਸ ਦਾ ਸਿਗਨੀਫਿਕੈਂਸ ਕੀ ਹੈ ਉਸ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਮਹੱਤਵ ਰੱਖਦਾ ਤੇ ਸਾਡੇ ਸਰੀਰ ਲਈ ਕਿੰਨਾ ਕੁ ਲਾਭਦਾਇਕ ਹੈ ਕਿੰਨਾ ਕੁ ਫਾਇਦੇਮੰਦ ਹੈ ਸੋ ਡਾਕਟਰ ਸਾਹਿਬ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ ਤੇ ਖਾਸ ਵਿਚਾਰ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਸੋ ਫਿਰ ਇੱਕ ਵਾਰੀ ਹੋਵਾਂਗੇ ਹਾਜ਼ਰ ਡਾਕਟਰ ਵੈਦਯ ਜਗਜੀਤ ਸਿੰਘ ਦੇ ਨਾਲ ਤੇ ਜਾਣਾਂਗੇ ਤੁਹਾਡੀਆਂ ਉਹਨ ਬਿਮਾਰੀਆਂ ਦਾ ਇਲਾਜ ਜੋ ਲੰਬੇ ਚਿਰ ਤੋਂ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਨੇ ਲੇਕਿਨ ਤੁਸੀਂ ਉਹਨਾਂ ਦਾ ਨਿਵਾਰਣ ਚਾਹੁੰਦੇ ਹੋ ਸੋ ਮੈਨੂੰ ਦੋ ਇਜਾਜ਼ਤ ਬਣੇ ਰੋ ਸਾਝਾ ਟੀਵੀ ਦੇ ਨਾਲ ਸਸ਼ਿਕਾ